मंगो दुआ के शाला इंजदा नसीब होवे, मंगो दुआ के शाला इंजदा नसीब होवे। जद आवे मौत मैनू, जद आवे मौत मैनू, सोना करीब होवे, मंगो दुआ के शाला इंजदा नसीब होवे। बिस्मिल्लाहिर्रहमानिर्रहीम। अस्सलाम वालेकुम दोस्तों, दरूद नाज़रीन, तुहाडे सामने अगली वीडियो नाज़रा। दोस्तों तुम देख रहे हो कि सोना मक्खी और ये असी कुश्ता तांबा बनाने की तैयारी जी ना, वो तुहाडे सामने सारी जी दिखाने कि किस किस तरीके जरा कुश्ता तांबा वो बनाना है। सब तो पहले जनाब सोना मक्खी दो तोले और इनका असी पाउडर बना के पाउडर बनावे। पाउडर बनाने तो बाद जनाब इनू जरा ना कि और दुध मदार रगड़ाई करने हैं और उस दे विच फिर तांबे की टिक्की जी तांबे का जरा पैसे ने तुहाडे सामने जरा ना सारा अगे क्लीयर करांगे। और ये सब तो पहले जनाब असी इनका पाउडर बना के इनका गुनने जरा ना अख के दुध के तुहानू दिखाने। हाँ जी, देखो असी ना सोना मक्खी की रगड़ाई कर रहे सी शीर अशर दे विच और इनकी रगड़ाई इन्नी इस हिसाब न करनी सी कि जरा असी इन हूँ सिक्के जड़े ने जिन्होंने कि पहले मरहला जरा देखा पहले इन जो कुछ भी असी किया वो तुम देखिया और इन्हों सिक्कियां हूँ असी इन जरा ना वो बनाने इन उत्ते कवर करके तो इन पैक करना इन और इनू हम फिर इधर कट्ठा करने काफी कट्ठा हो गया किसो दा सारा और इनू असी हूँ इनकी कबर बना दें। और ये सिक्के दोवें असी अल्लाह दे कमाल इंशाल्लाह इन्हें विच रख दिता छापर इस वजह तो इन्हें इनका इस्तेमाल किया है ताकि हत्था जरा ना ज्यादा नहीं लगेगे। एक तो वैसे भी का लगेगी अगर लग भी जाए तो कोई मसला तो खैर कोई नहीं नाले आके असी काम करना है। और इनू असी तकरीबन साढ़े बन गई है इन इस चीज़ पर रख देने और ये जिनी देर खुश्क नहीं होगी उन्नी देर इनका अगला कोई मरहला नहीं होना क्योंकि इनू खुश्क करना सब तो ज़्यादा जरूरी है। माशाल्लाह ठीक हो गई है और इनू असी एक बर्तन के रख देने ताकि ये अच्छी तरह ना खुश्क हो जाए इन खुश्क होने का इंतजार करने इनका जी। देखो असी जरा बनाया सी इनू इन
ਤਾਂਬੇ ਦੇ ਪੈਸੇ ਵਾਲਾ ਤੁਸੀਂ ਦੇਖਿਆ ਸੀ, ਇਹਨੂੰ ਬਣਾਉਂਦਿਆਂ ਕੰਪਲੀਟ ਹੋ ਗਿਆ, ਖੁਸ਼ਕ ਹੋ ਗਿਆ, ਬਹੁਤ ਜ਼ਬਰਦਸਤ ਹੋ ਗਿਆ, ਜਾਨੀ ਕਿ ਕਾਫੀ ਖੁਸ਼ਕ ਹੋ ਗਿਆ। ਔਰ ਇਹਨੂੰ ਹੁਣ ਅਸੀਂ ਇਹ ਤੁਹਾਡੇ ਸਾਹਮਣੇ ਜਿਹੜਾ ਅੱਕ ਦੇ ਫੁੱਲ ਔਰ ਇਹਨਾਂ ਦਾ ਅਸੀਂ ਹੁਣ ਕੁੱਟ ਕੇ ਅਤੇ ਨੁਕਦਾ ਬਣਾਵਾਂਗੇ, ਨੁਕਦਾ ਬਣਾ ਕੇ ਅਤੇ ਇਹਨੂੰ ਜਿਹੜਾ ਇਹਦੇ ਵਿੱਚ ਗਿੱਲ ਹਿਕਮਤ ਕਰਾਂਗੇ ਔਰ ਉਹ ਬੜਾ ਹੀ ਬਿਹਤਰੀਨ ਇਹਦਾ ਬਿਹਤਰੀਨ ਜੋਧ ਹੈ ਕਿ ਇਹਦੇ ਸਿਰਫ ਫੁੱਲਾਂ ਦੇ ਵਿੱਚ ਇਹਨੂੰ ਜਿਹੜਾ ਨਾ ਗਿੱਲ ਹਿਕਮਤ ਬਣਾਵਾਂਗੇ ਔਰ ਬਿਹਤਰੀਨ ਕਰਕੇ ਬਣਾਉਣੇ ਆ ਔਰ ਇਹਦੀ ਕਟਾਈ ਕਰਨੀ ਹੁਣ ਕਟਾਈ ਕਰਨੀ ਆ ਫੁੱਲਾਂ ਦੀ ਇਹਨੂੰ ਨੁਕਦਾ ਬਣਾਉਣ ਵਾਸਤੇ। ਅੱਛੀ ਤਰ੍ਹਾਂ ਬਰੀਕ ਕਰਾਂਗੇ ਕਟਾਈ ਕਰਕੇ ਦੇਖੋ ਇਹ ਦੋ ਪਿਆਲਿਆਂ ਦੇ ਵਿੱਚ ਮੱਟੀ ਦੇ ਬਰਤਨ ਜਿਹੜਾ ਉਹਨਾਂ ਦੇ ਵਿੱਚ ਰੱਖਿਆ ਔਰ ਇਸ ਤੋਂ ਬਾਅਦ ਅਸੀਂ ਜਿਹੜਾ ਬਣਾਇਆ ਅਸੀਂ ਜਿਹਦੇ ਵਾਸਤੇ ਸਾਰਾ ਕੁਝ ਕੀਤਾ ਔਰ ਇਹ ਪਿਆਲੇ ਜਿਹੜਾ ਨਾ ਇਸ ਤਰ੍ਹਾਂ ਕਰਕੇ ਇਹਦੇ ਉੱਤੇ ਮੁੱਦੇ ਮਾਰ ਦਿੰਦੇ ਹਾਂ ਅਤੇ ਇਹਨੂੰ ਅਸੀਂ ਗਿੱਲ ਹਿਕਮਤ ਕਰਾਂਗੇ ਔਰ ਇਹਨੂੰ ਅਸੀਂ ਅੱਛੀ ਤਰ੍ਹਾਂ ਹੁਣ ਪੈਕ ਕਰਾਂਗੇ। ਹਾਂਜੀ ਹੁਣ ਮਿੱਟੀ ਜਿਹੜੀ ਤਿਆਰੀ ਕਰਨੀ ਆ, ਜਿਹੜੀ ਮਿੱਟੀ ਲਗਾਉਣੀ ਇਹਨਾਂ ਨੂੰ ਗਿੱਲ ਹਿਕਮਤ ਕਰਨ ਵਾਸਤੇ ਇਹ ਮਿੱਟੀ ਦੀ ਤਿਆਰੀ ਕਰ ਰਹੇ ਹਾਂ। ਸਭ ਤੋਂ ਪਹਿਲੇ ਦੇਖੋ ਮਿੱਟੀ ਲਈ ਚੀਕਣੀ ਮਿੱਟੀ, ਇਹਨੂੰ ਗੋਇਆ, ਇਹਨੂੰ ਆ ਨਰਮ ਕੀਤਾ। ਹੁਣ ਇਸ ਤੋਂ ਇਲਾਵਾ ਇਹ ਰੋਈਆਂ ਦੇ ਵਿੱਚ ਪਹਿਲੇ ਵੀ ਸ਼ਾਮਿਲ ਕੀਤੀ ਆ, ਰੋਈ ਦੇ ਛੋਟੇ ਛੋਟੇ ਟੁਕੜੇ ਕਰਕੇ ਦੇਖਿਆ ਤੁਸੀਂ ਆ ਰੋਈਏ, ਉਹ ਇਹਨਾਂ ਦੇ ਵਿੱਚ ਇਹਨੂੰ ਥੋੜ੍ਹੀ ਥੋੜ੍ਹੀ ਕਰਕੇ ਸ਼ਾਮਿਲ ਕਰਾਂਗੇ ਤਾਂ ਕਿ ਇਹ ਜੁੜੇ ਵੀ ਨਾ। ਅਗਰ ਇੱਕੋ ਵਾਰੀ ਸੱਟਾਂਗੇ ਤਾਂ ਸਾਰੀ ਜੁੜ ਜਾਏਗੀ, ਫਿਰ ਜੁੜ ਜਾਏਗੀ ਤਾਂ ਸਹੀ ਨਹੀਂ ਬਣੇਗੀ, ਉਹ ਗਿਲਟੀਆਂ ਜੀਆਂ ਬਣ ਜਾਣਗੀਆਂ। ਬਲਕਿ ਇਸ ਤੋਂ ਇਲਾਵਾ ਹੋਰ ਵੀ ਇਹਦੇ ਵਿੱਚ ਪਾਉਣੇ ਆ। ਇਹ ਮਿੱਟੀ ਦੀ ਤਿਆਰੀ ਕਰਕੇ ਫਿਰ ਅਸੀਂ ਜਿਹੜਾ ਉਹ ਬਣਾਇਆ ਗੁਲ ਹਿਕਮਤ ਵਾਲਾ ਪਿਆਲਿਆਂ ਦੇ ਉੱਤੇ ਮਿੱਟੀ ਇਹ ਲਗਾਉਣ ਵਾਸਤੇ ਆ, ਇਹਦੀ ਅਜੇ ਤਿਆਰੀ ਕਰ ਰਹੇ ਨੇ, ਬਸ ਤਿਆਰੀ ਹੋ ਚੱਲੀ ਹੈ। ਹਾਂਜੀ ਇਹਦੀ ਬਿਲਕੁਲ ਤਿਆਰੀ ਹੋ ਗਈ ਸੀ, ਦੇਖੋ ਇਹ ਰਾਤ ਦਾ ਸੀ ਲਗਾ ਕੇ ਮਾਟੀ ਰੱਖੀ ਸੀ ਇਹਨੂੰ ਅਤੇ ਥੋੜ੍ਹਾ ਜਿਹਾ ਖੁਸ਼ਕ ਹੋ ਗਿਆ। ਬਾਕੀ ਅੱਗੇ ਨੂੰ ਇਹਦੇ ਵਿੱਚ ਹੁਣ ਦਿੰਦੇ ਹਾਂ, ਇਹਦੇ ਵਿੱਚ ਇੱਥੇ ਰੱਖਦੇ ਹਾਂ ਔਰ ਇਹਦੇ ਸਾਈਡਾਂ 'ਤੇ ਜਿਹੜਾ ਨਾ ਅਸੀਂ ਇਹ ਪੱਕੀ ਮਿੱਟੀ ਦੇ ਜਿਹੜੇ ਪੀਸ ਨੇ ਉਹ ਨਾਲ ਲਾ ਦਿੰਦੇ ਹਾਂ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਅਸੀਂ ਕਲੀਅਰ ਕਰ ਦਿੱਤਾ। ਚੁੱਲ੍ਹਾ ਚੱਲ ਰਿਹਾ ਹੁਣ ਬੜਾ ਜ਼ਬਰਦਸਤ ਔਰ ਅੱਗ ਫੁੱਲ ਜਿਹੜੀ ਨਾ ਸਿਲੰਡਰ ਚੱਲ ਰਿਹਾ ਔਰ ਇਹ ਕੰਮ ਨੂੰ ਕਾਫੀ ਜ਼ਿਆਦਾ ਟਾਈਮ ਸਾਨੂੰ ਦੇਣਾ ਪਏਗਾ ਅਤੇ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਬਿਹਤਰ ਤੋਂ ਬਿਹਤਰ ਚੀਜ਼ ਨਿਕਲੇਗੀ। ਔਰ ਅੱਗ ਨੂੰ ਜਿਹੜਾ ਹੈਗਾ ਨਾ ਇਹ ਮਿਸ ਯਾਨੀ ਕਿ ਜੋ ਵੀ ਚੀਜ਼ ਰੱਖੀ ਜਾਂਦੀ ਨਾ ਅੱਗ ਉਹਦੇ ਹਿਸਾਬ ਨਾਲ ਦਿੱਤੀ ਜਾਂਦੀ, ਬਹਰਹਾਲ ਇਹਨੂੰ ਅੱਗ ਜਿਹੜੀ ਨਾ ਉਹ ਜ਼ਿਆਦਾ ਦਿੱਤੀ ਜਾਏਗੀ ਤਾਂ ਕਿ ਇਹ ਬਿਹਤਰ ਅਤੇ ਸਾਫ਼ ਅਤੇ ਅੱਛੀ ਚੀਜ਼ ਨਿਕਲੇ, ਪਰ ਇਨਸ਼ਾਅੱਲਾ ਅੱਛੀ ਚੀਜ਼ ਨਿਕਲੇਗੀ। ਬਹਰਹਾਲ ਅੱਗ ਦਾ ਪ੍ਰੋਸੀਜਰ ਹੁਣ ਥੋੜ੍ਹਾ ਜਿਹਾ ਲੰਬਾ ਹੈ ਅਤੇ ਫਿਲਹਾਲ ਅਸੀਂ ਇਹਨੂੰ ਅੱਗ ਜਾਰੀ ਰੱਖਾਂਗੇ ਇਨਸ਼ਾਅੱਲਾ। ਓਕੇ ਹਾਂਜੀ ਦੇਖੋ ਮਾਸ਼ਾਅੱਲਾ ਜ਼ਬਰਦਸਤ ਜਿਹੜੀ ਨਾ ਅੱਗ ਇੰਨੀ ਤੇਜ਼ ਹੈ, ਗੈਸ ਤਾਂ ਮੈਨੂੰ 13 ਘੰਟੇ ਹੋ ਗਏ ਨੇ ਅੱਗ ਚੱਲਦੀ ਨੂੰ। ਤੁਸੀਂ ਦੇਖ ਰਹੇ ਹੋ ਕਿ ਬਹੁਤ ਜ਼ਬਰਦਸਤ, ਯਾਨੀ ਕਿ ਤਕਰੀਬਨ ਇੱਟਾਂ ਜਿਹੜੀਆਂ ਨੇ ਵਿੱਚ ਰੱਖੀਆਂ ਨੇ ਰੋੜੇ ਛੋੜੇ ਬਿਲਕੁਲ ਸੁਰਖ ਹੋ ਚੁੱਕੇ ਨੇ ਔਰ ਇਹ ਹੁਣ ਇਸ ਟਾਈਮ ਸੁਬਹ 8 ਵਜੇ ਚਲਾਇਆ ਸੀ ਚੁੱਲ੍ਹਾ, ਇਸ ਟਾਈਮ ਰਾਤ ਦੇ 9 ਵਜ ਗਏ ਨੇ ਅਤੇ ਹੁਣ ਅਸੀਂ ਚੁੱਲ੍ਹਾ ਬੰਦ ਕਰ ਰਹੇ ਹਾਂ।
ਤੇ ਸੁਬਹ ਇਨਸ਼ਾਅੱਲਾ ਇਹਨੂੰ ਖੋਲਾਂਗੇ। ਰਾਤ ਦਾ ਬੰਦ ਕੀਤਾ ਸੀ, ਹੁਣ ਮਾਸ਼ਾਅੱਲਾ ਸੋ ਦਿਨ ਚੜ ਗਿਆ, ਹੁਣ ਖੋਲਣੇ ਆ। ਬਿਸਮਿਲ੍ਲਾਹਿ ਰਹਿਮਾਨ ਰਹਿਮ। ਅੱਲਾਹ ਸੋਹਣੇ ਦੇ ਘਰ ਦੀ ਉਮੀਦ ਤੇ ਹੈ ਇਨਸ਼ਾਅੱਲਾ ਕਿ ਬਿਹਤਰ ਤੇ ਸੋਹਣਾ ਕੰਮ ਨਿਕਲੇਗਾ। ਸਾਡੇ ਮਾਸ਼ਾਅੱਲਾ ਨਿਕਲ ਗਈ ਸਹੀ ਜ਼ਬਰਦਸਤ, ਇਹਨੂੰ ਖੋਲ ਕੇ ਚੈੱਕ ਕਰਨੇ ਆ। ਫਿਲਹਾਲ ਤੇ A1 ਨਿਕਲਿਆ, ਉਮੀਦ ਇਨਸ਼ਾਅੱਲਾ ਅੱਛਾ ਹੀ ਹੋਏਗਾ। ਖੋਲੇ ਹੁਣ ਮਾਸ਼ਾਅੱਲਾ, ਆਹ ਦੇਖੋ ਇਹ ਚੀਜ਼ ਸਾਡੀ ਨਿਕਲੀ। ਔਰ ਲੱਗਦਾ ਹੈ ਮਾਸ਼ਾਅੱਲਾ ਕਿ ਜਿਵੇਂ ਬਹੁਤ ਬਿਹਤਰ ਜਿਹੜੀ ਨਾ ਚੀਜ਼ ਉਹ ਸਾਡੀ ਤਿਆਰ ਹੋ ਗਈ। ਔਰ ਮਜ਼ੀਦ ਇਹਦੀ ਅਸੀਂ ਸਫਾਈ ਕਰਨੇ ਆ। ਹਾਂਜੀ ਇਹ ਦੇਖੋ ਜੇ ਹੁਣ ਇਹਦਾ ਜਿਹੜਾ ਕੱਢਿਆ ਇਹਦਾ ਅਸੀਂ ਦੁਬਾਰਾ ਫਿਰ ਵਜ਼ਨ ਕਰ ਲੈਂਦੇ ਹਾਂ ਸੋਨਾ ਮੁੱਖੀ ਦੇ ਨਾਲ। ਤਕਰੀਬਨ 22 ਗ੍ਰਾਮ ਇਸ ਤਰ੍ਹਾਂ ਆ ਰਿਹਾ, ਕਿਉਂਕਿ ਇਹ ਨਾਲ ਕਾਗਜ਼ ਦਾ ਵਜ਼ਨ ਵੀ ਲਿਆਦਾ, ਇਹਨੂੰ ਅਸੀਂ ਹੁਣ ਰਗੜਾਈ ਵਕਤ ਰੱਖ ਕੇ ਅਤੇ ਕਾਗਜ਼ ਦਾ ਵਜ਼ਨ ਦੁਬਾਰਾ ਕਰ ਲੈਂਦੇ ਹਾਂ। ਯਾਨੀ ਕਿ 3 ਗ੍ਰਾਮ ਤਕਰੀਬਨ ਕਾਗਜ਼ ਦਾ ਵਜ਼ਨ ਹੈਗਾ। ਔਰ ਹੁਣ ਅਸੀਂ ਜਨਾਬ ਇਹਨੂੰ ਕੁਆਰ ਗੰਦਲ ਦਾ ਗੁੱਡਾ ਜਿਹੜਾ ਨਾ ਉਹ ਇਹਦੇ ਅੰਦਰ ਸ਼ਾਮਿਲ ਕਰਨੇ ਆ। ਆ ਇੱਕ ਪੱਤਾ ਅਸੀਂ ਲਿਆ ਹੈ ਕੁਆਰ ਗੰਦਲ ਦਾ, ਇਹਦਾ ਗੁੱਡਾ ਸਾਰਾ ਜਿਹੜਾ ਨਾ ਉਹ ਅੰਦਰ ਸ਼ਾਮਿਲ ਕਰਨੇ ਆ, ਤਾਂ ਕਿ ਜਿੰਨਾ ਜ਼ਿਆਦਾ ਹੋਏਗਾ ਉਹਨੇ ਰਗੜਾਈ ਜਿਹੜੀ ਨਾ ਉਹ ਬਿਹਤਰ ਹੁੰਦੀ ਹੈ। ਬਲਕਿ ਪਹਿਲੇ ਅਸੀਂ ਥੋੜ੍ਹੇ ਜਿਹੇ ਖਾਲੀ ਦੀ ਰਗੜਾਈ ਕਰਨੇ ਆ। ਕਾਫੀ ਦੇਰ ਹੋ ਗਈ ਹੈ ਸਾਨੂੰ ਦੀ ਰਗੜਾਈ ਕਰਦੇ ਨੂੰ, ਤੇ ਦੇਖੋ ਕਾਫੀ ਬਿਹਤਰ ਹੋ ਗਿਆ, ਬਹੁਤ ਵਧੀਆ ਹੋ ਗਿਆ। ਔਰ ਹੁਣ ਅਸੀਂ ਕੁਆਰ ਗੰਦਲ ਦਾ ਜਿਹੜਾ ਨਾ ਗੁੱਦਾ ਇਹਦੇ ਅੰਦਰ ਸ਼ਾਮਿਲ ਕਰਦੇ ਹਾਂ। ਯਾਨੀ ਕਿ ਜਿਹੜੀ ਇੱਕ ਫਲੀ ਪਾਉਣ ਲੱਗੇ ਨਾ, ਇੱਕ ਫਲੀ ਦੇ ਵਿੱਚੋਂ ਕਮ ਅਜ਼ ਕਮ ਮੇਰੇ ਹਿਸਾਬ 'ਚ 100 ਗ੍ਰਾਮ ਗੁੱਦਾ ਆਰਾਮ ਨਾਲ ਨਿਕਲ ਆਏਗਾ। ਕਿਉਂਕਿ ਨਾਲੇ ਇਹਨੂੰ ਅਸੀਂ ਉਨੀ ਦੇਰ ਖੁਸ਼ ਕਰਾਂਗੇ, ਇਹਦੀ ਰਗੜਾਈ ਕਰਨੀ ਹੈ ਟਿੱਕੀ ਬਣਾਉਣ ਵਾਸਤੇ, ਕਿਉਂਕਿ ਇਹ ਜਿੰਨਾ ਜ਼ਿਆਦਾ ਹੋਏਗਾ ਉਨਾ ਡਬਲ ਫਾਇਦਾ ਹੋ ਜਾਂਦਾ, ਕਿ ਜਿੰਨੀ ਜ਼ਿਆਦਾ ਰਗੜਾਈ ਹੋਏਗੀ ਉਨਾ ਜ਼ਿਆਦਾ ਬਿਹਤਰ ਹੈ, ਅਤੇ ਨਾਲੇ ਉਨਾ ਗੁੱਦਾ ਜ਼ਿਆਦਾ ਵਿੱਚ ਸ਼ਾਮਿਲ ਹੋ ਜਾਏਗਾ। ਇੱਕ ਫਲੀ ਦਾ ਨੋਦਾ ਜਿਹੜਾ ਅਸੀਂ ਸਾਰਾ ਇਹਦੇ ਸ਼ਾਮਿਲ ਕਰ ਦਿੱਤਾ। ਔਰ ਹੋਰ ਇਹਨੂੰ ਜਿਹੜਾ ਮਾਸ਼ਾਅੱਲਾ ਉਨੀ ਦੇਰ ਤੱਕ ਰਗੜਾਈ ਕਰਾਂਗੇ ਜਿੰਨੀ ਦੇਰ ਤੱਕ ਖੁਸ਼ਕ ਨਹੀਂ ਹੁੰਦਾ, ਟਿੱਕੀ ਬਣਾਉਣੀ ਹੁੰਦੀ। ਬਲਕਿ ਇਹਦੇ ਜੇ ਹੋਰ ਜ਼ਰੂਰਤ ਪਈ ਤਾਂ ਹੋਰ ਵੀ ਪਾਵਾਂਗੇ। ਔਰ ਇਹਨੂੰ ਵੀ ਕਮ ਅਜ਼ ਕਮ ਜਿਹੜਾ ਨਾ ਟਿੱਕੀ ਬਾਰ ਬਾਰ ਬਣਾ ਕੇ ਇਹਨੂੰ ਮਜ਼ੀਦ ਅੱਗਾਂ ਦੇਵਾਂਗੇ, ਤਾਂ ਕਿ ਇਹ ਅੱਛੇ ਤੋਂ ਅੱਛਾ ਬਿਹਤਰ ਤੋਂ ਬਿਹਤਰ ਚੀਜ਼ ਬਣੇਗੀ। ਕਮ ਅਜ਼ ਕਮ 7 ਅੱਗਾਂ ਦੀਆਂ ਦਿਆਂਗੇ। ਹੁਣ ਇਹਦਾ ਟਿੱਕੀ ਬਣਾਉਣ ਦਾ ਖੁਸ਼ਕ ਹੋਣ ਦਾ ਇੰਤਜ਼ਾਰ ਕਰਨੇ ਆ। ਹਾਂਜੀ ਮਾਸ਼ਾਅੱਲਾ ਦੇਖੋ ਟਿੱਕੀ ਬਣਾਉਣ ਦੇ ਕਾਬਲ ਹੋ ਗਈ, ਬਲਕਿ ਇਹਦੀ ਟਿੱਕੀ ਬਣਾ ਛੱਡੀ ਹੈ।
और माशाल्लाह बहुत ज़बरदस्त टेप टिक्की फिर दोबारा बन गई। यानी कि अजे अपनी हालत सही नहीं आया, इन इस तरह अभी कम 7 अगह देनिया ने, 7 दफा दोबारा दोबारा टिक्की बना के तो जरा ना इंशाल्लाह इंशाल्लाह दिखावांगे, तो ये बेहतरीन और बहुत अच्छी चीज़ बनेगी, बड़ी ज़बरदस्त बनेगी इंशाल्लाह। बारह टिक्की साड़ी माशाल्लाह क्लियर हो गई, इन हम इंतजार करने खुश्क होता। देखो ये वन है, चलो हम खुश्क होने वास्ते रख देने, अच्छी तरह खुश्क हो जाए। देखो दोबारा फिर अभी फुल तोड़ के लिया ना सारे, सोना मक्की वाली जी टिक्की माशाल्लाह देखो सारी सुख गई, और इनू असी हम दोबारा है फिर किसी देखा कि फुला नुकदा सारा रेडी कर लिया, यानी कि दोवें चीज़ा साड़िया ए वन तैयार हो गई, हम असी इनू जरा ना वो पुट देंगे। बिस्मिल्लाह अल्लाह सोने के हुक्म इंशाल्लाह बेहतरीन तो साफ तो जबरदस्त निकलेगी, क्योंकि अल्लाह सोने जो हुक्म तो बगैर तो एक पता नहीं चलता। तो यह देखो तुम इन असि हम पैक कर दिता, और इन हम एक बन देने इस वजह तो कि जो असि कपड़पट्टी करनी है ये हिले ना, अच्छी तरह गिरा लगा देने। और इनू गिरा लगा दी हूँ, तो इन हम जनाब असी कपड़ा जिन असी मट्टी लगाई हुई है बेहतरीन रोई वाली मट्टी लगाई है, इतने रोई बड़ी अच्छी तरह जेड़ा ना और इनू और इधर लगाने तो बाद फिर इन अच्छी तरह सारे से लगा दें, रोई बड़ी मिट्टी बड़ी स्पैशल तैयार की थी, जिस तरह तुम पहले पिछले पार्ट दे देखी जो तो पहली गली हुकूमत की थी, और वह इन रोई पा के बिल्कुल छोटी छोटी रोई करके इन पैक किया, और उस तरीके हूँ असं इन दोबारा कर रहे हैं, और तुसी देखिया कि माशाल्लाह पहले भी बड़ी जबरदस्त निकली थी, हुण भी इंशाल्लाह अल्लाह सोने दे हुक्म नाल बेहतरीन ए वन निकलेगी। जो कल फुल तोड़ के लिया ने बड़ी दूरों जाके तोड़ के लिया ने, कम अज कम कम अज कम इतों 40-50 मील दूर 50 तो भी ज्यादा सी, उतो जनाब तोड़ के लिया ने, क्योंकि इतने साढ़े को शहर का एरिया ने, इतने फुल लभने ज्यादा मुश्किल ने,
ਕਿਉਂਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਜੜੀ ਬੂਟੀਆਂ, ਉਹ ਤਾਂ ਜ਼ਾਹਿਰ ਹੈ ਕਿ ਸਾਰਿਆਂ ਨੂੰ ਪਤਾ ਹੈ ਕੁਝ ਪਹਾੜੀ ਹੁੰਦੀਆਂ ਨੇ, ਕੁਝ ਬਰਾਨੀ ਹੁੰਦੀਆਂ ਨੇ, ਕੁਝ ਆਮ ਜ਼ਮੀਨਾਂ ਦੇ ਵਿੱਚ ਹੁੰਦੀਆਂ ਨੇ, ਔਰ ਕੁਝ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਹਰ ਜਗ੍ਹਾ ਤੇ ਉੱਗ ਜਾਂਦੀਆਂ ਨੇ। ਮਾਸ਼ਾਅੱਲਾ ਜ਼ਬਰਦਸਤ ਹੋ ਗਿਆ। ਇਹ ਵੰਨ ਹੋ ਗਿਆ ਕਿਉਂਕਿ ਜੇ ਕੋਈ ਕਸਰ ਰਹਿੰਦੀ ਉਹ ਵੀ ਕਲੀਅਰ ਕਰ ਲੈਂਦੇ ਹਾਂ। ਬਾਕੀ ਇਹਨੂੰ ਹੁਣ ਰੱਖਾਂਗੇ, ਇਹ ਖੁਸ਼ਕ ਹੋਏਗਾ। ਹਾਂਜੀ ਇਹ ਦੇਖੋ, ਇਹ ਤਿਆਰ ਹੋ ਗਿਆ ਸੀ, ਬਿਲਕੁਲ ਖੁਸ਼ਕ ਵੀ ਹੋ ਗਿਆ। ਅਤੇ ਇਹਨੂੰ ਹੁਣ ਇੱਥੇ ਵਿੱਚ ਰੱਖਣੇ, ਜਿਹੜੀ ਸੀ ਜਗ੍ਹਾ ਬਣਾਈ ਹੁੰਦੇ ਇੱਥੇ ਜਗ੍ਹਾ ਬਣਾ ਕੇ, ਅਤੇ ਇਹਦੇ ਵਿੱਚ ਬਾਕੀ ਹੁਣ ਹੋਰ ਇਹਨਾਂ ਨੂੰ ਜੋੜ ਦਿੰਦੇ ਹਾਂ, ਮਤਲਬ ਕਿ ਇਹਨੂੰ ਦਰਮਿਆਨ 'ਚ ਰੱਖਦੇ ਹਾਂ ਅਤੇ ਹੋਰ ਵਿੱਚ ਜੋੜ ਦਿੰਦੇ ਹਾਂ ਤਾਂ ਕਿ ਅੱਛੀ ਤਰ੍ਹਾਂ ਜਿਹੜਾ ਨਾ ਇਹਨੂੰ ਦੇਖੋ ਅਸੀਂ ਇਹਨੂੰ ਕੰਪਲੀਟ ਕਰ ਦਿੱਤਾ ਤਕਰੀਬਨ। ਇਹਨੂੰ ਕੰਪਲੀਟ ਕਰਨ ਤੋਂ ਬਾਅਦ ਇਹਨੂੰ ਜਨਾਬ ਤਕਰੀਬਨ ਰਾਤ ਸ਼ਾਮ ਦੇ 6 ਵੱਜ ਗਏ ਨੇ, ਅਜ਼ਾਨਾਂ ਹੋ ਗਈਆਂ ਨਮਾਜ਼ ਪੜ੍ਹ ਲਈ, ਅਤੇ ਇਹਨੂੰ ਹੁਣ ਲੱਗੇ ਨੇ ਕਿ ਹੁਣ ਬਿਸਮਿਲ੍ਲਾ ਪੜ੍ਹਨੇ ਆ, ਬਿਸਮਿਲ੍ਲਾ ਰਹਿਮਾਨ ਰਹੀਮ, ਇਨਸ਼ਾਅੱਲਾ ਇਹਦਾ ਚੁੱਲ੍ਹਾ ਜਿਹੜਾ ਨਾ ਉਹ ਚਾਲੂ ਕਰਨੇ ਆ। ਚਾਲੂ ਹੋ ਗਿਆ ਇਹ ਹੁਣ ਤਕਰੀਬਨ ਜਿਹੜਾ ਮਾਸ਼ਾਅੱਲਾ 14 ਤੋਂ 15 ਘੰਟੇ ਜਿਹੜਾ ਨਾ ਇਹ ਚਾਲੂ ਰੱਖਾਂਗੇ ਅੱਲਾ ਸੋਹਣੇ ਦੇ ਹੁਕਮ ਨਾਲ। ਇਨਸ਼ਾਅੱਲਾ ਪਹਿਲੇ ਵੀ ਅੱਛਾ ਨਿਕਲਿਆ, ਅਗਲਾ ਮਰਹਲਾ ਜਿਹੜਾ ਦੁਬਾਰਾ ਸ਼ੁਰੂ ਹੋ ਗਿਆ, ਔਰ ਇਸੇ ਤਰ੍ਹਾਂ ਇਹਦੇ ਕੰਮ ਕਮ 7 ਮਰਹਲੇ ਕਰਨੇ ਨੇ, ਔਰ ਲਿਹਾਜ਼ਾ ਤੁਹਾਨੂੰ ਅਸੀਂ ਇਸ ਤੋਂ ਅੱਗੇ ਨਹੀਂ ਦਿਖਾਵਾਂਗੇ ਕਿਉਂਕਿ ਇਹ ਦੂਸਰਾ ਕੰਪਲੀਟ ਕਰਕੇ ਫਿਰ ਐਂਡ ਵਾਲਾ ਦਿਖਾਵਾਂਗੇ। ਇਸ ਵਕਤ ਚੁੱਲ੍ਹਾ ਚਲਦੇ ਹੋਏ ਕਾਫੀ ਦੇਰ ਹੋ ਗਈ, ਕਮ ਸੇ ਕਮ 4 ਘੰਟੇ ਹੋ ਗਏ ਹੈ। ਆਪ ਦੇਖ ਰਹੇ ਹੈ ਨਾ, ਅਸੀਂ ਤਕਰੀਬਨ ਸੁਬਹ ਦਾ ਚੁੱਲ੍ਹਾ ਬੰਦ ਕਰ ਦਿੱਤਾ ਸੀ, ਤਕਰੀਬਨ ਸੁਬਹ 9 ਵਜੇ, ਯਾਨੀ ਕਿ ਇਹਨੂੰ 14 ਘੰਟੇ ਅੱਗ ਜਿਹੜੀ ਨਾ 14 ਤੋਂ 15 ਘੰਟੇ ਅੱਗ ਚੱਲੀ, ਤਾਂ ਬੰਦ ਕਰ ਦਿੱਤਾ ਸੀ। ਹੁਣ ਅਸੀਂ ਇਹਨੂੰ ਖੋਲ੍ਹਦੇ ਹਾਂ ਆਰਾਮ ਨਾਲ, ਇਹਨੂੰ ਹਾਂਜੀ ਹਾਂਜੀ ਜਨਾਬ ਬਿਸਮਿਲ੍ਲਾ ਰਹਿਮਾਨ ਵੀ ਨਿਕਲਿਆ ਅੱਲਾ ਦੀ ਸਬੂਲ ਇਹਨੂੰ ਖੋਲ੍ਹਿਆ ਹੁਣ ਮਾਸ਼ਾਅੱਲਾ ਯਾਨੀ ਕਿ ਇਹ ਚੀਜ਼ ਜਿਹੜੀ ਹੈ ਤਾਂ ਸਾਡਾ ਦਵਾਈ ਦਾ ਜੋ ਇਹਦੀ ਪੁੱਠ ਲਾਈ ਸੀ, ਪਰ ਮਾਸ਼ਾਅੱਲਾ ਇਹ ਵਨ ਚੀਜ਼ ਹੈ ਪਹਿਲੇ ਸੋਨਾ ਮੱਕੀ ਦੇ ਵਿੱਚ, ਔਰ ਇਹਨੂੰ ਇਹ 2 ਅੱਗਾਂ ਦੇ ਵਿੱਚ ਕੰਪਲੀਟ ਹੋ ਗਿਆ। ਇਹਦੀ ਮਜ਼ੀਦ ਹੁਣ ਰਗੜਾਈ ਕਰਾਂਗੇ ਅਤੇ ਦੇਖਦੇ ਹਾਂ ਇਹ ਕੈਸਾ ਨਿਕਲਦਾ, ਇਹਦੀ ਸਫਾਈ ਕਰਨੇ ਹਾਂ ਪਹਿਲੇ।
देखो तोड़ देना हाथ ना नहीं दिया और मजीद रगड़ाई करांगे तो पता चलेगा। देखो अंदर तो तकरीबन ऐसा कलर जरा वो बुरे रंग का रंगाई करांगे फिर पता चलेगा इनका कलर कि मजा निकलता। हम काफी देर तो रगड़ाई कर रहे हैं, रगड़ाई करने तो बाद इन्हों देखो बल्कि अभी दूसरा दिन हो गया इनकी रगड़ाई कर रहे थे। अच्छा इस तो बाद जनाब असं देखो इन्हू थोड़ा जा दही देते रखे तो यह देखो दही देते छेड़ दे रहा क्योंकि इन अच्छी पहली दफा तो नहीं सी हम दोबारा जिन के बनाया तो इन्हों चेक करना जरा जरूरी सी और हूँ असी इनू दोबारा फिर असी इनू इनकी टिक्की दोबारा बनानी है। दोबारा टिक्की बनाने वास्ते इनू लैके आए गुल मदार और बर्ग मदार दियाँ कौंपल इन्हों असी कुट के चंगी तरह इन्हों अच्छी तरह इन्हों का पानी क्ढा जरा कि तुम देखो असी पानी क्ढिया और ये पानी असी हम इन पा के गुल मदार बर्ग मदार पानी इन पा के इनका हम दोबारा फिर इनका जरा टिक्की बनावे इनकी टिक्की बना के फिर तुम दिखावे। हाँ जी इनकी जरा अच्छी तरह रगड़ाई करने तो बाद जितने कि देखा कि इनू पानी के फिर रगड़ाई की अच्छी तरह मदार दे फुल मदार दे पानी और इनकी टिक्की पानशाला बन गई बना दी टिक्की और टिक्की बनाने तो बाद जो रगड़ाई की उनका पाउडर बनाया से तो अभी इनके देखो इनू चेक करने वास्ते इनका शेड जरा देखो आ रहा थोड़ा थोड़ा लेकिन इनशाला इनशाला अगली एक्साई इनका शेड जरा ना होर इंशाला बेहतर हो जाएगा हो सकता ठीक हो जाएगा। तो बहरहाल टिक्की जी क्लीयर हो गई इन्होंने खुश करा खुश करके अगर आप मरा लेंगे देखा सोना मुखी देखो टिक्की टुटी तो नहीं इस तरह लेकिन सोना मुखी है काफ़ी देर हो गई सू रगड़ तो काफ़ी देखो बेहतर तो वधिया हो गया मुलायम हो गया लिहाजा इनू हम मजीद असी एक होर फार्मूला बना रहे हैं जरा कि वह भी असी चेक करने वास्ते रखे है और इनू साइड के नाल चेक करने वास्ते रख दें कहते जी कि कोड रह गया उनके बराए नाम वो अलहदा फार्मूला बना रहे उनके देखो ना महसूस हो रहा है लेकिन इन्हू भी इस वजह तो रख दिता कि इन्हें पता चल जाएगा कि इन्हें की सूरत आ जाएगा और इनू हम असी इन्हें अख का दुध होर पा के मजीद पहले रगड़ाई करने फिर इन्हें अख का दुध होर पा के टिक्की बनावे अच्छी तरह नाले होर अख का दुध पावे मजीद और फिर इनकी टिक्की बनावे थोड़ा इस वजह तो पाया फिलहाल इनकी रगड़ाई कर लीए। हाँ जी इन हम असं माशाला पंजवी दफा अग देन लगे हाँ जिस तरह के तुम पहले भी देख रहे हो पहले दे रूटीन दे नाली जन
ਕਿ ਤੁਹਾਨੂੰ ਇਸ ਵਾਰ ਜਦੋਂ ਹੁਣ ਅਸੀਂ ਪਹਿਲੇ ਨਾਲੋਂ ਬਹੁਤ ਸ਼ਾਰਟ ਜਿਹੜਾ ਨਾ ਸ਼ਾਰਟ ਸ਼ਾਰਟ ਕਲਿੱਪ ਦਿਖਾਉਣੇ ਆ। ਹਾਂਜੀ ਇਹਨੂੰ ਹੁਣ ਅੱਗ ਚੱਲਦੀ ਵੀ ਮਾਸ਼ਾਅੱਲਾ, ਅਤੇ ਹੁਣ ਦਿਨ ਦੇ 9 ਵਜੇ ਨੇ, ਕਮ ਅੱਜ ਕਮ ਇਹਨੂੰ ਅਸੀਂ 24 ਘੰਟੇ ਆਗ ਦਿਆਂਗੇ, ਅਤੇ ਇਨਸ਼ਾਅੱਲਾ ਇਨਸ਼ਾਅੱਲਾ ਬਹੁਤ ਬਿਹਤਰ ਅਤੇ ਜ਼ਬਰਦਸਤ ਹੋਏਗਾ। ਜਿਸ ਤਰ੍ਹਾਂ ਕਿ ਪਹਿਲੇ ਵੀ ਤੁਹਾਨੂੰ ਦਿਖਾਇਆ, ਪਹਿਲੇ ਵੀ ਤੁਸੀਂ ਦੇਖਦੇ ਆ ਰਹੇ ਹੋ ਸਾਰੀ ਵੀਡੀਓ, ਅਤੇ ਇਨਸ਼ਾਅੱਲਾ ਇਨਸ਼ਾਅੱਲਾ ਅੱਲਾ ਬਿਹਤਰ ਕਰੇਗਾ। ਹਾਂਜੀ ਹੁਣ ਤਕਰੀਬਨ ਟਾਈਮ ਜਿਹੜਾ ਨਾ ਇਸ ਟਾਈਮ ਇਹ ਕੱਲ੍ਹ ਸੁਬਹ 6 ਵਜੇ ਤਾਂ ਲੱਗਿਆ ਹੋਇਆ ਚੁੱਲ੍ਹਾ ਚਲਾਇਆ ਹੋਇਆ, ਤਾਂ ਹੁਣ 9 ਵੱਜ ਗਏ ਨੇ, ਯਾਨੀ ਕਿ ਦੂਸਰਾ ਦਿਨ ਅੱਜ ਹੋ ਗਿਆ 6 ਅਤੇ 3 9, ਯਾਨੀ ਕਿ ਤਕਰੀਬਨ 24, 25, 26, 27 ਘੰਟੇ ਮੁਸਲਸਲ ਹੋ ਗਏ ਨੇ ਚੁੱਲ੍ਹਾ ਚੱਲਦੇ ਨੂੰ। ਅਤੇ ਹੁਣ ਅਸੀਂ ਚੁੱਲ੍ਹਾ ਬੰਦ ਕਰ ਰਹੇ ਹਾਂ, ਅਤੇ ਇਹ ਕੱਢ ਕੇ ਫਿਰ ਤੁਹਾਨੂੰ ਦਿਖਾਵਾਂਗੇ ਕਿ ਇਹ ਮਾਸ਼ਾਅੱਲਾ ਇਨਸ਼ਾਅੱਲਾ ਕੈਸਾ ਨਿਕਲਦਾ, ਇਨਸ਼ਾਅੱਲਾ ਅੱਛਾ ਨਿਕਲੇਗਾ। ਅਜੀ ਤਕਰੀਬਨ 27 ਘੰਟੇ ਦੀ ਅੱਗ ਤੋਂ ਬਾਅਦ ਠੰਡਾ ਹੋ ਗਿਆ, ਠੰਡਾ ਹੋਣ ਤੋਂ ਬਾਅਦ ਜਨਾਬ ਇਹਨੂੰ ਹੁਣ ਕੱਢਿਆ, ਕੱਢ ਕੇ ਲਿਆਂਦਾ ਦੇਖਿਆ। ਬਿਸਮਿਲਲਾਹ ਰਹਿਮਾਨ ਰਹੀਮ। ਮਾਸ਼ਾਅੱਲਾ ਮਾਸ਼ਾਅੱਲਾ ਦੇਖੋ ਸਾਫ ਇਹਦਾ ਜੋ ਨਜ਼ਰ ਇਸ ਚੀਜ਼ ਦਾ ਆ ਰਿਹਾ ਹੈ ਕਿ ਇਹ ਦੇਖੋ ਨਾਲ ਸਾਰਾ ਤੇ ਜਿਹੜਾ ਆ ਟਿੱਕੀ ਦਾ ਕੋਟ ਜਿਹੜਾ ਨਾ ਕਾਫੀ ਉਹਨੇ ਜਿਹੜਾ ਨਾ ਕਰ ਦਿੱਤਾ ਹੈ। ਔਰ ਟਿੱਕੀ ਵੀ ਜਿਹੜੀ ਨਾ ਉਹ ਬਹੁਤ ਬਿਹਤਰ ਔਰ ਸਹੀ ਨਜ਼ਰ ਆ ਰਹੀ ਹੈ। ਮਜ਼ੀਦ ਤੁਹਾਨੂੰ ਇਹਨੂੰ ਦਿਖਾ ਰਹੇ ਹਾਂ ਅੱਗੇ ਤੋੜ ਕੇ। ਜੀ ਇਹਦੇ 'ਚ ਦੈਨ ਅਸੀਂ ਟਿੱਕੀਆਂ ਬਣਾ ਕੇ ਦੁਬਾਰਾ ਅਗਲਾ ਮਰਹਲਾ ਫਿਰ ਕਰ ਦਿੱਤਾ। ਇਹਨੂੰ ਚੁੱਲ੍ਹਾ ਹੁਣ ਚੱਲਦਾ ਪਿਆ, ਚਲਾ ਦਿੱਤਾ ਤਕਰੀਬਨ 1:15 ਚਲਾਇਆ ਦਿਨ ਦੇ, ਜ਼ੋਰ ਦੀਆਂ ਅਦਾਨਾਂ ਹੋ ਰਹੀਆਂ ਨੇ। ਅਤੇ ਇਹਨੂੰ ਜਨਾਬ ਤਕਰੀਬਨ ਮੇਰੇ ਨਾਲ 6ਵੀਂ 5ਵੀਂ ਕਿ 6ਵੀਂ ਅੱਗ ਦਰਦ ਨਾਲ ਸਿਲਸਿਲਾ ਸ਼ੁਰੂ ਹੋ ਗਿਆ, ਹੁਣ ਮੈਨੂੰ ਯਾਦ ਨਹੀਂ ਹੈਗਾ 5ਵੀਂ ਹੈ ਜਾਂ 6ਵੀਂ ਹੈ। ਅਤੇ ਇਹ ਸਿਲਸਿਲਾ ਚੱਲਦਾ ਪਿਆ ਇਨਸ਼ਾਅੱਲਾ, ਅਤੇ ਇਨਸ਼ਾਅੱਲਾ ਇਹਦੀ ਅੱਗ ਤੋਂ ਬਾਅਦ ਜਰਾ ਕੱਢਾਂਗੇ ਅਤੇ ਦੇਖਾਂਗੇ, ਔਰ ਇਨਸ਼ਾਅੱਲਾ ਇਨਸ਼ਾਅੱਲਾ ਅੱਲਾ ਬਿਹਤਰ ਕਰੇਗਾ, ਬਹੁਤ ਬਿਹਤਰ ਨਿਕਲੇਗਾ। काफी देर से आग चल रही है, थारन एप्पल बर्ग थारन एप्पल का सी नुक्ता बनाया कि बड़ा जबरदस्त इन चंगी कटाई की, कटाई करके इन दो दिन रखिया, बड़ा मुलायम हो गया। और इन हम अस मुखी की जी टिक्की है सोना मुखी की रेनूनू हम ए रखने तकरीबन 6ਵੀਂ ਕਿ 7ਵੀਂ अग देन लगे, वो बिच कुछ अगर जीडिया असं नहीं दिखाई, तो हूँ असं इन अग दे लगे इन बंद करने। हाँ जी इन माशाला असं तकरीबन 7 अगा दे दतिया ने, और यह तुम देख रहे हो माशाला अल्लाह का लख शुक्र असं इन क्लीयर कर लिया, बहुत बेहतर तो बहुत जबरदस्त बहुत वधिया हो गया। और इनका हम फाइनल ये चीज थी फाइनल ਜਿਹੜਾ ਉਹ ਤੁਹਾਨੂੰ ਦਿਖਾਉਂਦੇ ਹਾਂ ਕਿ ਇਹਨੂੰ ਅਸੀਂ ਕਾਫੀ ਦੇਰ ਦਾ ਜਿਹੜਾ ਨਾ ਉਹ ਦਹੀਂ ਦਬਾ ਕੇ ਰੱਖਿਆ, ਜਿਹੜਾ ਕਿ ਮਾਸ਼ਾਅੱਲਾ ਬਿਲਕੁਲ ਕੋਈ ਦਾਗ ਨਹੀਂ ਇਹਨੇ ਦਿੱਤਾ, ਕੋਈ ਰੰਗ ਨਹੀਂ ਇਹਨੇ ਦਿੱਤਾ, ਕਿ ਬਿਹਤਰੀਨ ਤੇ A1 ਹੈ। ਔਰ ਹੁਣ ਅਸੀਂ ਇਹਨੂੰ ਜਿਹੜਾ ਕਿ ਇਹਨੂੰ ਮਜ਼ੀਦ ਇਹਦੀ ਥੋੜ੍ਹੀ ਜਿਹੀ ਹੋਰ ਰਗੜਾਈ ਅੱਛੀ ਤਰ੍ਹਾਂ ਕਰਾਂਗੇ, ਔਰ ਉਸ ਤੋਂ ਬਾਅਦ ਇਹਨੂੰ ਜਿਹੜਾ ਨਾ ਅਸੀਂ ਮਹਿਫੂਜ਼ ਕਰ ਲਾਂਗੇ। ਔਰ ਇਹ ਜਨਾਬ ਇਹਦੀ ਜਿਹੜੀ ਖੁਰਾਕ ਹੈ ਉਹ ਸਿਰਫ ਇੱਕ ਚਾਵਲ, ਔਰ ਉਹ ਤਕਰੀਬਨ ਹਰ 3 ਦਿਨ ਤੋਂ 5 ਦਿਨ ਦਾ ਵਕਫਾ, ਯਾਨੀ ਕਿ ਇੱਕ ਖੁਰਾਕ ਖਾ ਕੇ ਉਸ ਤੋਂ ਬਾਅਦ 3 ਦਿਨ ਦਾ ਵਕਫਾ,
ਬਾਕਾ ਤਬੀਅਤ ਦੇ ਲਿਹਾਜ਼ ਦੇ ਮੁਤਾਬਕ 5 ਦਿਨ ਦਾ ਵਕਫਾ ਵੀ ਹੋ ਸਕਦਾ ਹੈ। ਔਰ ਇਹਦਾ ਖਾਣ ਦਾ ਤਰੀਕਾਕਾਰ ਜਿਹੜਾ ਹੈ ਉਹ ਮੱਖਣ ਔਰ ਮਲਾਈ, ਸਭ ਤੋਂ ਜ਼ਿਆਦਾ ਇਹ ਦੋ ਚੀਜ਼ਾਂ। ਅਗਰ ਉਸ ਤੋਂ ਬਾਅਦ ਹੋ ਸਕੇ ਤੇ ਇਹਨੂੰ ਦਹੀਂ ਦੀ ਮਲਾਈ ਦੇ ਨਾਲ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਔਰ ਇਸ ਦੇ ਨਾਲ ਖੁਰਾਕ ਜਿੰਨੀ ਵੀ ਖਾਈ ਜਾਏ ਓਨੀ ਹੀ ਥੋੜੀ ਹੈ। ਔਰ ਇਹ ਕਮ ਕਮ 40 ਸਾਲ ਤੋਂ ਓਵਰ ਜਿਹੜਾ ਨਾ ਬੰਦਾ 40 ਸਾਲ ਤੋਂ ਓਵਰ ਲੈ ਕੇ ਤੇ ਬਾਕੀ ਤਾਂ ਹਯਾਤ ਜ਼ਿੰਦਗੀ ਤੱਕ ਇਹ ਇਸਤੇਮਾਲ ਕਰ ਸਕਦਾ ਹੈ। ਔਰ ਮਾਸ਼ਾਅੱਲਾ ਬਹੁਤ ਹੀ ਅੱਛੀ ਤੇ ਬੜੀ ਆਲਾ ਚੀਜ਼ ਹੈ। ਮੇਰੇ ਦੋਸਤਾਂ ਭਰਾਵਾਂ ਨੂੰ ਉਮੀਦ ਹੈ ਕਿ ਇਹ ਵੀਡੀਓ ਅੱਛੀ ਲੱਗੀ ਹੋਵੇਗੀ। ਇਹਨੂੰ ਤੁਸੀਂ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਇਨਸ਼ਾਅੱਲਾ ਅਗਲੀ ਵੀਡੀਓ ਨਾਲ ਫਿਰ ਮਿਲਾਂਗੇ। ਇਜਾਜ਼ਤ, ਅੱਲਾ ਹਾਫਿਜ਼, ਅਸਲਾਮ ਅਲੈਕੁਮ ਵਰਹਮਤੁਲਲਾਹ ਵਬਰਕਾਤੁਹ। ਦਰਦਾਂ ਨੇ ਪਾਏ ਗੇਰੇ।